ਫੰਟਾਸਟਿਕ ਪਿੱਛੇ ਹੋ ਗਿਆ ਪਿੱਛੇ ਹੋ ਗਿਆ ਮੈਂ ਫਿਲਕੀ ਸਾਹਿਬ ਨੇ ਹੁਣ ਤੱਕ ਜਿੰਨੇ ਵੀ ਕੰਮ ਕੀਤੇ ਆ ਪੰਜਾਬ ਦੇ ਭਾਵੇਂ ਬਿਜਲੀ ਦੇ ਲੈ ਲਓ ਨੌਕਰੀਆਂ ਦੇ ਲੈ ਲਓ ਕਿੰਨੇ ਜਿਵੇਂ ਕੀ ਐਸਐਸਐਫ ਜਿਹੜੀ ਸਾਡੀ ਫੋਰਸ ਆ ਜਿਹੜੀ ਸੜਕਾਂ ਦੇ ਉੱਪਰ ਮਤਲਬ ਅਨੇਕਾਂ ਸੜਕਾਂ 'ਤੇ ਕੰਮ ਕੀਤੇ ਆ ਅੱਜ ਤਾਂ ਸਿਰਫ ਸੀਐਮ ਸਾਹਿਬ ਨੇ ਮੀਟਿੰਗ ਬੁਲਾਈ ਸੀ ਛਾਦਾ ਕੱਪ ਸਾਰਿਆਂ ਨੇ ਸ਼ੇਅਰ ਕੀਤਾ ਔਰ ਉਹਦੇ ਤੇ ਸਾਰਾ ਮੰਤਨ ਕੀਤਾ ਗਿਆ ਕਿਸੇ ਕੀ ਕਮੀ ਰਹਿ ਗਿਆ ਬਹੁਤ ਵਧੀਆ ਮੈਂ ਕਹਿਣਾ ਵੀ ਪਹਿਲੀ ਵਾਰ ਮੈਂ ਆਪਣੀ ਜ਼ਿੰਦਗੀ 'ਚ ਮੈਂ 8 ਸਾਲ ਦੀ ਮਰੀ ਏਜ ਆ ਦੇ ਵਿੱਚ ਸਰਕਾਰ ਨੇ ਇੰਨੇ ਕੰਮ ਕੀਤੇ ਲੋਕ ਖੁਸ਼ ਨੇ ਕਿਤੇ ਨਾ ਐਂਗਰ ਰਹਾ ਕਿਤੇ ਕਿਸਾਨ ਬਿਲਕੁਲ ਜੀ ਸਾਰੇ ਪੋਜ਼ਿਟਿਵ ਰਹਿ ਸਾਰਾ ਪੰਜਾਬ ਪੋਜ਼ਿਟਿਵ ਰਿਹਾ ਨਹੀਂ ਸਾਡੇ ਆਮ ਆਦਮੀ ਪਾਰਟੀ ਦਾ ਕਿਸਾਨਾਂ ਨੇ ਕਿਸੇ ਜਗ੍ਹਾ ਵਿਰੋਧ ਨਹੀਂ ਕੀਤਾ ਔਰ ਕਿਸਾਨਾਂ ਨੇ ਸਾਨੂੰ ਵੋਟ ਸਪੋਰਟ ਬਹੁਤ ਕੀਤਾ ਕਿਤੇ ਨਾ ਕਿਤੇ ਦੇਖੋ ਹਰ ਇੱਕ insan ਗਲਤੀਆਂ ਦਾ ਪੁਤਲਾ ਮੇਰੇ ਤੋਂ ਮੇਰੇ ਹਲਕੇ ਦੀ ਅਗਰ ਕੋਈ ਦਿੱਕਤ ਆਈ ਤਾਂ ਉਹਦੇ ਵਿੱਚ ਮੇਰੀ ਸ਼ਮੂਲੀਅਤ ਵੀ ਹੈ ਇਸ ਕਰਕੇ ਰਿਜ਼ਲਟ ਵਧੀਆ ਨਿਕਲਣਗੇ ਸੰਤਾਜ ਪਿੱਛੇ ਹੋ ਜਾ ਪਿੱਛੇ ਹੋ ਗਏ ਮੈਂ ਫਿਲਕੀ ਸਾਹਿਬ ਨੇ ਹੁਣ ਤੱਕ ਜਿੰਨੇ ਵੀ ਕੰਮ ਕੀਤੇ ਆ ਪੰਜਾਬ ਦੇ ਭਾਂ ਬਿਜਲੀ ਦੇ ਲੈ ਲੋ ਨੌਕਰੀਆਂ ਦੇ ਲੈ ਲੋ ਕਿੰਨੇ ਜਿਵੇਂ ਕੀ ਅਸਿਸ ਜਿਹੜੀ ਸਾਡੀ ਫੋਰਸ ਹੈ ਜਿਹੜੀ ਸੜਕਾਂ ਦੇ ਉੱਪਰ ਬਤਲਾ ਨੇਕਾਂ ਸੜਕਾਂ ਦੇ ਕੰਮ ਕੀਤੇ ਆ ਅੱਜ ਤਾਂ ਸਿਰਫ ਜੀਐਮ ਸਾਹਿਬ ਨੇ ਮੀਟਿੰਗ ਬੁਲਾਈ ਸੀ ਚਾਹ ਦਾ ਕੱਪ ਸਾਰਿਆਂ ਨੇ ਸ਼ੇਅਰ ਕੀਤਾ ਔਰ ਉਹਦੇ ਤੇ ਸਾਰਾ ਮੰਤਨ ਕੀਤਾ ਗਿਆ ਕਿਸੇ ਕੀ ਕਮੀ ਰਹਿ ਗਿਆ ਬਹੁਤ ਵਧੀਆ ਮੈਂ ਕਹਿਣਾ ਵੀ ਪਹਿਲੀ ਵਾਰ ਮੈਂ ਆਪਣੀ ਜ਼ਿੰਦਗੀ 'ਚ ਮੈਂ 8 ਸਾਲ ਦੀ ਮੇਰੀ ਏਜ ਹੈ ਉਹਦੇ ਵਿੱਚ ਸਰਕਾਰ ਨੇ ਇੰਨੇ ਕੰਮ ਕੀਤੇ ਲੋਕ ਖੁਸ਼ ਨੇ ਕਿਤੇ ਨਾ ਕਿੰਗ ਕਿਤੇ ਕਿਸਾਨ ਬਿਲਕੁਲ ਜੀ ਸਾਰੇ ਪੋਜ਼ਿਟਿਵ ਹੈ ਸਾਰਾ ਪੰਜਾਬ ਪੋਜ਼ਿਟਿਵ ਹੈ ਨਹੀਂ ਸਾਡੇ ਆਮ ਆਦਮੀ ਪਾਰਟੀ ਦਾ ਕਿਸਾਨਾਂ ਨੇ ਕਿਸੇ ਜਗ੍ਹਾ ਵਿਰੋਧ ਨਹੀਂ ਕੀਤਾ ਔਰ ਕਿਸਾਨਾਂ ਨੇ ਸਨ ਵੋਟਸਪੋਰਟ ਬਹੁਤ ਕੀਤਾ ਕੀਤਾ ਨਾ ਕਿਤੇ ਦੇਖੋ ਹਰ ਇੱਕ insan ਗਲਤੀਆਂ ਦਾ ਪਤਲਾ ਮੇਰੇ ਤੋਂ ਮੇਰੇ ਹਲਕੇ ਦੀ ਅਗਰ ਕੋਈ ਦਿੱਕਤ ਆਈ ਤਾਂ ਉਹਦੇ ਚ ਮੇਰੀ ਸ਼ਮੂਲੀਅਤ ਵੀ ਹੈ ਇਸ ਕਰਕੇ ਰਿਜ਼ਲਟ ਵਧੀਆ ਨਿਕਲਣਗੇ ਤਾਂ ਤਾਂ ਅਸੀਂ ਪਿੱਛੇ ਹੋ ਜਾ ਪਿੱਛੇ ਨੇ ਫਿੰਕੀ ਸਾਹਿਬ ਨੇ ਹੁਣ ਤੱਕ ਜਿੰਨੇ ਵੀ ਕੰਮ ਕੀਤੇ ਆ ਪੰਜਾਬ ਦੇ ਪੰਮ ਬਿਜਲੀ ਦੇ ਲੈ ਲੋ ਨੌਕਰੀਆਂ ਦੇ ਲੈ ਲੋ ਕਿੰਨੇ ਜਿਵੇਂ ਕੀ ਐਸਐਸਐਫ ਜਿਹੜੀ ਸਾਡੀ ਫੋਰਸ ਹੈ ਜਿਹੜੀ ਸੜਕਾਂ ਦੇ ਉੱਪਰ ਮਤਲਬ ਅਨੇਕਾਂ ਸਦਕਾਰ ਦੇ ਕੰਮ ਕੀਤੇ ਆ ਅੱਜ ਤਾਂ ਸਿਰਫ ਜੀਐਮ ਸਾਹਿਬ ਨੇ ਮੀਟਿੰਗ ਬੁਲਾਈ ਸੀ ਛਾਦਾ ਕੱਪ ਸਾਰੇ ਨਹੀਂ ਸ਼ੇਅਰ ਕੀਤਾ ਔਰ ਉਹਦੇ ਤੇ ਸਾਰਾ ਮੰਤਨ ਕੀਤਾ ਗਿਆ ਕਿਸੇ ਕੀ ਕਮੀ ਰਹਿ ਗਿਆ ਬਹੁਤ ਵਧੀਆ ਮੈਂ ਕਹਿਣਾ ਵੀ ਪਹਿਲੀ ਵਾਰ ਮੈਂ ਆਪਣੀ ਜ਼ਿੰਦਗੀ 'ਚ ਮੈਂ 8 ਸਾਲ ਦੀ ਮੇਰੀ ਏਜ ਆ ਉਹਦੇ ਵਿੱਚ ਸਰਕਾਰ ਨੇ ਇੰਨੇ ਕੰਮ ਕੀਤੇ ਲੋਕ ਖੁਸ਼ ਨੇ ਕਿਤੇ ਨਾ ਐਂਗਰ ਰਹਾ ਕਿਤੇ ਕਿਸਾਨ ਬਿਲਕੁਲ ਜੀ ਸਾਰੇ ਪੋਜ਼ਿਟਿਵ ਰਹਿ ਸਾਰਾ ਪੰਜਾਬ ਪੋਜ਼ਿਟਿਵ ਰਿਹਾ ਨਹੀਂ ਸਾਡੇ ਆਮ ਆਦਮੀ ਪਾਰਟੀ ਦਾ ਕਿਸਾਨਾਂ ਨੇ ਕਿਸੇ ਜਗ੍ਹਾ ਵਿਰੋਧ ਨਹੀਂ ਕੀਤਾ ਔਰ ਕਿਸਾਨਾਂ ਨੇ ਸਾਨੂੰ ਵੋਟ ਸਪੋਰਟ ਬਹੁਤ ਕੀਤਾ ਕਿਤੇ ਨਾ ਕਿਤੇ ਦੇਖੋ ਹਰ ਇੱਕ ਇਨਸਾਨ ਗਲਤੀਆਂ ਦਾ ਪਤਲਾ ਮੇਰੇ ਤੋਂ ਮੇਰੇ ਹਲਕੇ ਦੀ ਅਗਰ ਕੋਈ ਦਿੱਕਤ ਆਈ ਤਾਂ ਉਹਦੇ 'ਚ ਮੇਰੀ ਸ਼ਮੂਲੀਅਤ ਵੀ ਹੈ ਇਸ ਕਰਕੇ ਰਿਜ਼ਲਟ ਵਧੀਆ ਨਿਕਲਣਗੇ। ਅੱਜ ਸੰਤਾ ਜੀ ਪਿੱਛੇ ਹੋ ਜਾ ਪਿੱਛੇ। ਮੈਂ ਫਿੰਕੀ ਸਾਹਿਬ ਨੇ ਹੁਣ ਤੱਕ ਜਿੰਨੇ ਵੀ ਕੰਮ ਕੀਤੇ ਆ ਪੰਜਾਬ ਦੇ ਭਾਵੇਂ ਬਿਜਲੀ ਦੇ ਲੈ ਲਓ, ਨੌਕਰੀਆਂ ਦੇ ਲੈ ਲਓ, ਕਿੰਨੇ ਜਿਵੇਂ ਕੀ ਸਾਰਿਆਂ ਸਸਫ ਜਿਹੜੀ ਸਾਡੀ ਫੋਰਸ ਹੈ ਜਿਹੜੀ ਸੜਕਾਂ ਦੇ ਉੱਪਰ ਮਤਲਬ ਅਨੇਕਾਂ ਸਹਾਰਕਾਰ ਦੇ ਕੰਮ ਕੀਤੇ ਆ। ਅੱਜ ਤਾਂ ਸਿਰਫ ਜੀਐਮ ਸਾਹਿਬ ਨੇ ਮੀਟਿੰਗ ਬੁਲਾਈ ਸੀ, ਛਾਦਾ ਕੱਪ ਸਾਰਿਆਂ ਨੇ ਸ਼ੇਅਰ ਕੀਤਾ। ਔਰ ਉਹਦੇ ਤੇ ਸਾਰਾ ਮੰਤਨ ਕੀਤਾ ਗਿਆ ਕਿਸੇ ਕੀ ਕਮੀ ਰਹਿ ਗਿਆ। ਬਹੁਤ ਵਧੀਆ ਮੈਂ ਕਹਿਣਾ ਵੀ ਪਹਿਲੀ ਵਾਰ ਮੈਂ ਆਪਣੀ ਜ਼ਿੰਦਗੀ 'ਚ ਮੈਂ 8 ਸਾਲ ਦੀ ਮੇਰੀ ਏਜ ਆ। ਦੇ ਵਿੱਚ ਸਰਕਾਰ ਨੇ ਇੰਨੇ ਕੰਮ ਕੀਤੇ ਲੋਕ ਖੁਸ਼ ਨੇ ਕਿਤੇ ਨਾ ਕਿੰਗ ਐਂਗਰ ਰਹਾ ਕਿਤੇ ਕਿਸਾਨ ਬਿਲਕੁਲ ਜੀ ਸਾਰੇ ਪੋਜ਼ਿਟਿਵ ਰਹਿ ਸਾਰਾ ਪੰਜਾਬ ਪੋਜ਼ਿਟਿਵ ਰਿਹਾ ਨਹੀਂ ਸਾਡੇ ਆਮ ਆਦਮੀ ਪਾਰਟੀ ਦਾ ਕਿਸਾਨਾਂ ਨੇ ਕਿਸੇ ਜਗ੍ਹਾ ਵਿਰੋਧ ਨਹੀਂ ਕੀਤਾ ਔਰ ਕਿਸਾਨਾਂ ਨੇ ਸਾਨੂੰ ਵੋਟ ਸਪੋਰਟ ਬਹੁਤ ਕੀਤਾ ਕਿਤੇ ਨਾ ਕਿਤੇ ਦੇਖੋ ਹਰ ਇੱਕ insan ਗਲਤੀਆਂ ਦਾ ਪੁਤਲਾ ਮੇਰੇ ਤੋਂ ਮੇਰੇ ਹਲਕੇ ਦੀ ਅਗਰ ਕੋਈ ਦਿੱਕਤ ਆਈ ਤਾਂ ਉਹਦੇ ਚ ਮੇਰੀ ਸ਼ਮੂਲੀਅਤ ਵੀ ਹੈ ਇਸ ਕਰਕੇ ਰਿਜ਼ਲਟ ਵਧੀਆ ਨਿਕਲਣਗੇ